ਰੂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਘੰਟੀ ਵਾਲੇ ਬਟਨ ਦੇ ਵੀ ਕਲਿੱਕ ਕਰ ਦੇਣਾ ਧੰਨਵਾਦ ਸਸਤੀਕਾਲ ਦੋਸਤੋ ਅਸੀਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੇ ਅੱਜ ਆਪਾਂ ਗੱਲ ਕਰਾਂਗੇ ਅੱਜ ਦੇ ਕਬੱਡੀ ਕੱਪਾਂ ਬਾਰੇ ਤੇ ਅੱਜ ਬਹੁਤ ਵੱਡੇ ਕਬੱਡੀ ਕੱਪ ਹੋਣ ਜਾ ਰਹੇ ਹਨ ਤੇ ਤੁਹਾਨੂੰ ਪਲੇਅਰਾਂ ਬਾਰੇ ਵੀ ਦੱਸਾਂਗੇ ਕਿ ਕਿਹੜੇ ਕਿਹੜੇ ਪਲੇਅਰ ਅੱਜ ਇੱਥੇ ਖੇਡਣਗੇ ਇਸ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਹੁਣ ਆਪਾਂ ਵੀਡੀਓ ਸ਼ੁਰੂ ਕਰ ਲੈਨੇ ਆਂ ਦੋਸਤੋ ਅੱਜ ਦਾ ਪਹਿਲਾ ਕਬੱਡੀ ਕੱਪ ਡੱਗਰੂ ਦੇ ਵਿੱਚ ਹੋਣ ਜਾ ਰਿਹਾ ਹੈ ਡੱਗਰੂ ਕਬੱਡੀ ਕੱਪ ਹੋਵੇਗਾ ਅਤੇ ਇਸ ਦਾ ਲਾਈਵ ਤੁਸੀਂ ਪੰਜਾਬ લાઇਵ 1 ਦੇ ਜਰੀਏ ਵੀ ਦੇਖ ਸਕਦੇ ਹੋ ਤੇ ਹੋਰ ਵੀ ਦੋਸਤੋ ਅੱਜ ਵੱਡੇ ਕਬੱਡੀ ਕੱਪ ਹੋਣਗੇ ਉਹਨਾਂ ਬਾਰੇ ਵੀ ਤੁਹਾਨੂੰ ਦੱਸਾਂਗੇ ਤੇ ਅਗਲਾ ਕਬੱਡੀ ਕੱਪ ਹੈ ਜੋ ਦੋਸਤੋ ਅਗਲਾ ਕਬੱਡੀ ਕੱਪ ਖੇੜੀਬਾਨਾ ਪਟਿਆਲਾ ਦੇ ਵਿੱਚ ਹੋਣ ਜਾ ਰਿਹਾ ਹੈ ਅਤੇ ਲਾਈਵ ਤੁਸੀਂ ਇਸ ਦਾ ਕਬੱਡੀ ਇੱਕ ਦਿੋ ਤਿੰਜੇ ਜਰੀਏ ਦੇਖ ਸਕਦੇ ਹੋ ਤੇ ਜੇਕਰ ਇੱਥੇ ਪਲੇਅਰਾਂ ਤੇ ਟੀਮਾਂ ਦੀ ਗੱਲ ਕਰੀਏ ਤਾਂ ਪਲੇਅਰ ਇੱਥੇ ਚੋਟੀ ਦੇ ਪਲੇਅਰ ਇੱਥੇ ਪੁੱਜਣ ਜਾ ਰਹੇ ਹਨ ਫਰਿਆਦ ਸ਼ਕਰਪੁਰ ਤੇ ਹੋਰ ਵੀ ਵੱਡੇ ਪਲੇਅਰ ਇੱਥੇ ਖੇਡਣਗੇ ਤੇ ਆਲ ਓਪਨ ਦੇ ਇੱਥੇ ਦੋਸਤੋਂ ਮੈਚ ਹੋਣਗੇ ਅਗਲਾ ਕਬੱਡੀ ਕੱਪ ਟੋਹਰਾ ਪਟਿਆਲਾ ਦੇ ਵਿੱਚ ਮੈਚ ਹੋਣ ਜਾ ਰਹੇ ਹਨ ਇੱਥੇ ਦੋਸਤੋਂ ਆਲ ਓਪਨ ਦੇ ਮੈਚ ਹੋਣਗੇ ਤੇ ਲਾਈਵ ਦੀ ਗੱਲ ਕਰੀਏ ਤਾਂ ਲਾਈਵ ਤੁਸੀਂ ਇਸ ਦਾ ਕਬੱਡੀ 1 2 3 ਜੇ ਜਰੀਏ ਦੇਖ ਸਕਦੇ ਹੋ ਤੇ ਹੋਰ ਵੀ ਦੋਸਤੋਂ ਅੱਜ ਵੱਡੇ ਕਬੱਡੀ ਕੱਪ ਹੋਣਗੇ ਦੋਸਤੋ ਅੱਜ ਦੇ ਦਿਨ ਦਾ ਚੋਟੀ ਦਾ ਕਬੱਡੀ ਕੱਪ ਦਰਾਜ ਬਰਨਾਲਾ ਦੇ ਵਿੱਚ ਹੋਣ ਜਾ ਰਿਹਾ ਹੈ ਇੱਥੇ ਦੋਸਤੋ ਕਬੱਡੀ ਓਪਨ ਦੇ ਮੈਚ ਅੱਜ ਹੋਣਗੇ ਅਤੇ ਕਬੱਡੀ ਓਪਨ ਦੀ ਇਨਾਮਾਂ ਦੀ ਗੱਲ ਕਰੀਏ ਤਾਂ ਇਨਾਮ ਇੱਥੇ ਪਹਿਲਾ ਇਨਾਮ 51000 ਹੋਵੇਗਾ ਜੇਕਰ ਦੂਜੇ ਇਨਾਮ ਦੀ ਗੱਲ ਕਰੀਏ ਤਾਂ ਦੂਜਾ ਇਨਾਮ 41000 ਰੁਪਏ ਹੋਵੇਗਾ ਜੇਕਰ ਬੈਸਟਾਂ ਦੀ ਗੱਲ ਕਰੀਏ ਤਾਂ ਬੈਸਟਾਂ ਨੂੰ ਇੱਥੇ 11000 ਦੀ ਨਗਦ ਰਕਮ ਨਾਲ ਵੀ ਸਨਮਾਨ ਕੀਤਾ ਜਾਵੇਗਾ ਅਤੇ ਕਮੈਂਟੇਟਰ ਇੱਥੇ ਦੋਸਤੋ ਅਮਰੀਕ ਖੋਸਾ ਗੋਡਲਾ ਤੇ ਬੱਬੂ ਖੰਨਾ ਪੁੱਜਣ ਜਾ ਰਹੇ ਹਨ ਤੇ ਸੰਧੂ ਬ੍ਰਦਰਸ ਦੀ ਜੋੜੀ ਵੀ ਇੱਥੇ ਪੁੱਜੇਗੀ ਤੇ ਇੱਥੇ ਦੋਸਤੋ ਦਲਵੀਰ ਮਨਾਣੇ ਦੀ ਟੀਮ ਆਪਦੀ ਪੂਰੀ ਟੀਮ ਲੈ ਕੇ ਪੁਜੇਗਾ ਤੇ ਹੋਰ ਵੀ ਦੋਸਤੋਂ ਵੱਡੀਆਂ ਟੀਮਾਂ ਇੱਥੇ ਖੇਡਣ ਜਾ ਰਹੀਆਂ ਹਨ ਡੈਡਵੇ ਮੰਡੀ ਦੀ ਟੀਮ ਵੀ ਇੱਥੇ ਖੇਡੇਗੀ ਤੇ ਲਾਟੂ ਦੀ ਟੀਮ ਵੀ ਇੱਥੇ ਪੁੱਜਣ ਜਾ ਰਹੀ ਹੈ ਲਾਈਵ ਦੀ ਗੱਲ ਕਰੀਏ ਤਾਂ ਲਾਈਵ ਤੁਸੀਂ ਇਸ ਦਾ ਦੋਸਤੋਂ ਕਬੱਡੀ 365 ਦੇ ਜ਼ਰੀਏ ਵੀ ਦੇਖ ਸਕਦੇ ਹੋ ਅਜਦੇ ਦਿਨ ਦਾ ਲਾਸਟ ਤੇ ਸਭ ਤੋਂ ਵੱਡਾ ਕਬੱਡੀ ਕੱਪ 5 ਅਕਤੂਬਰ ਨੂੰ ਬਾਬਾ ਬੀਰ ਬਾਬਾ ਬੀਰ ਬੁੱਢਾ ਸਾਹਿਬ ਤਰਨਤਾਰ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਅਤੇ ਇੱਥੇ ਦੋਸਤੋ ਚੋਟੀ ਦੀਆਂ ਚਾਰ ਕਲੱਬਾਂ ਦੇ ਮੈਚ ਕਰਵਾਏ ਜਾਣਗੇ ਜਿਸ ਦਾ ਪਹਿਲਾ ਇਨਾਮ 1 ਲੱਖ ਅਤੇ ਦੂਜੇ ਨਾਮ ਦੀ ਗੱਲ ਕਰੀਏ ਤਾਂ ਦੂਜਾ ਇਨਾਮ 75000 ਹੋਵੇਗਾ ਅਤੇ ਕਮੈਂਟੇਟਰ ਇੱਥੇ ਸੁग्गा ਬ੍ਰਦਰ ਵੀ ਪੁੱਜ ਰਹੇ ਨੇ ਤੇ ਹੋਰ ਵੀ ਵੱਡੇ ਕਮੈਂਟੇਟਰ ਵੀ ਇੱਥੇ ਪੁੱਜਣਗੇ ਅਤੇ ਜੇਕਰ ਪਲੇਅਰਾਂ ਦੀ ਗੱਲ ਕਰੀ ਤਾਂ ਜੱਗਾ ਚਿੱਟੀ ਐਨਆਰਆਈ ਨੂੰ ਦਰਦੀ ਟੀਮ ਵਿੱਚ ਖੇਡੇਗਾ ਤੇ ਭਗਵਾਨਪੁਰ ਮਾਦੀ ਦੀ ਟੀਮ ਵਿੱਚ ਵੀ ਵੱਡੇ ਪਲੇਅਰ ਖੇਡਣ ਜਾ ਰਹੇ ਹਨ ਚੱਕੀ ਰਮਦਾਸ ਪੂਰੀ ਬੋਏ ਨੰਗਲ ਤੇ ਸ਼ਰਨਾ ਡੱਗੋ ਰਮਾਣਾ ਤੇ ਸੋਨਾਵੰਦ ਰੋੜ ਹੁਣੀ ਇਸ ਟੀਮ ਵਿੱਚ ਖੇਡਣਗੇ ਤੇ ਹੋਰ ਵੀ ਚੋਟੀ ਦੀਆਂ ਟੀਮਾਂ ਇੱਥੇ ਪੁੱਜਣ ਜਾ ਰਹੀਆਂ ਹਨ ਤੇ ਲਾਈਵ ਦੀ ਗੱਲ ਕਰੀਏ ਤਾਂ ਤੁਸੀਂ ਲਾਈਵ ਵੇਸ ਦਾ ਪੰਜਾਬ 7 ਟੀਵੀ ਦੇ ਜ਼ਰੀਏ ਵੀ ਲਾਈਵ ਦਾ ਆਨੰਦ ਮਾਣ ਸਕਦੇ ਹੋ ਇਹ ਸੀ ਦੋਸਤੋ ਅੱਜ ਦੀ ਵੀਡੀਓ ਤੇ ਅੱਜ ਦੇ ਕਬੱਡੀ ਕੱਪ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜਰੂਰ ਕਰਨਾ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਧੰਨਵਾਦ